ਪਾਰਟੀ ਕੋਲ ਇਨਫੋਰਮੇਸ਼ਨ ਆਈ ਹੈ ਉਹ ਤਾਂ ਪਾਰਟੀ ਹਾਈ ਕਮਾਂਡ ਕੋਲ ਇਨਫੋਰਮੇਸ਼ਨ ਇਹ ਹੈ ਕਿ ਕਿਸੇ ਬੰਦੇ ਨੇ ਇਹਨੂੰ ਪੁੱਟ ਕਰਕੇ ਉਂਗਲ ਲਾ ਕੇ ਪਾਰਟੀ ਦੇ ਸਕਸੈਸਫੁਲ ਪ੍ਰੋਗਰਾਮ ਨੂੰ ਤਾਰ ਪੀਡੋ ਕਰਨ ਵਾਸਤੇ ਸਾਰੀ ਸਾਜ਼ਿਸ਼ ਹੋਈ ਹੈ ਕਿਉਂਕਿ ਅੱਗੇ ਵੀ ਪਾਰਟੀ ਦਾ ਜਿਹੜਾ ਡੈਕੋਰਮ ਹੈ ਇਹ ਬੰਦੇ ਵੱਲੋਂ ਵਾਰ ਵਾਰ ਤੋੜਿਆ ਜਾਂਦਾ ਸਾਡੀ ਕਦੋਂ ਮੀਟਿੰਗ ਸੀ ਉੱਥੇ ਵੀ ਡੈਕੋਰਮ ਇਹਨਾਂ ਵੱਲੋਂ ਤੋੜਿਆ ਗਿਆ ਸਮਰਾਲੇ ਮੀਟਿੰਗ ਸੀ ਬਲਰਾਮ ਸ਼ਰਮਾ ਜੀ ਦੀ ਕਮਾਂਡ ਹੇਠ ਹੋਈ ਸੀ ਇਹਨਾਂ ਦੀ ਪ੍ਰਧਾਨਗੀ ਹੇਠ ਹੋਈ ਸੀ ਉੱਥੇ ਵੀ ਡੈਕੋਰਮ ਤੋੜਿਆ ਗਿਆ ਅਤੇ ਉਸ ਤੋਂ ਪਹਿਲਾਂ ਜਿਹੜੇ ਮੇਰੇ ਤੋਂ ਪਹਿਲਾਂ ਪ੍ਰੈਜੀਡੈਂਟ ਸੀ ਉਹਨਾਂ ਦੀ ਇੱਕ ਮੀਟਿੰਗ ਖੰਨੀ ਹੋਈ ਸੀ ਉੱਥੇ ਹੀ ਬਹੁਤ ਵੱਡਾ ਮਿਸ ਹੈਪਨ ਇਹਨਾਂ ਨੇ ਕੀਤਾ ਸੀ ਬਟ ਹੁਣ ਤਾਂ ਸਿਰੇ ਹੀ ਕਰ ਦਿੱਤਾ ਨਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ ਜ਼ਿਲ੍ਹੇ ਦੇ ਪ੍ਰਧਾਨ ਨੂੰ ਸਿੱਧੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਤੁਸੀਂ ਫੈਸਲਾ ਕਰੋ ਵੀਡੀਓ ਤੁਹਾਡੇ ਕੋਲ ਨੇ ਤੁਹਾਨੂੰ ਪ੍ਰੈਸ ਵਾਲੇ ਸਾਰੇ ਸਤਿਕਾਰਯੋਗ ਰਿਸਪੈਕਟਡ ਮੇਰੇ ਵੀਰਾਂ ਨੂੰ ਸਾਰੀ ਤੁਹਾਨੂੰ ਵੀਡੀਓ ਜਿਹੜੀ ਹੈਗੀ ਭੇਜ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਪਾਰਟੀ ਦਾ ਜਿਹੜਾ ਪਾਰਟੀ ਦਾ ਫੈਸਲਾ ਹੈ ਉਹ ਵੀ ਤੁਹਾਨੂੰ ਭੇਜ ਦਿੱਤਾ ਜਾਏਗਾ ਸੋ ਆਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਅੱਜ ਪਾਰਟੀ ਨੇ ਕੱਲ੍ਹ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸੇਵਾਵਾਂ ਜਿਹੜੀਆਂ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੇ ਬੀਬੀ ਜਸਵੀਰ ਕੌਰ ਨੇ ਉਹਨਾਂ ਦੀਆਂ ਸੇਵਾਵਾਂ ਅੱਜ ਤੋਂ ਹੀ ਸਮਾਪਤ ਕੀਤੀਆਂ ਜਾਂਦੀਆਂ ਅਤੇ ਬਤੌਰ ਮੀਤ ਪ੍ਰਧਾਨ ਜਿਹੜੇ ਉਹਨਾਂ ਦੇ ਹਸਬੈਂਡ ਗੁਲਜ਼ਾਰ ਖੰਨਾ ਦੀਆਂ ਸੇਵਾਵਾਂ ਨੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਇੱਕ ਦੋ ਦਿਨਾਂ ਦੇ ਵਿੱਚ ਉਹ ਬਿਆਨ ਦੇਣਗੇ ਪਰ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਇਸ ਗੱਲ ਦੀ ਅਸਮਰੱਥਾ ਜ਼ਾਹਰ ਕਰਦਾ ਕਿ ਮੈਂ ਜਿਹੜੇ ਬੰਦੇ ਪਾਰਟੀ ਦਾ ਪ੍ਰੋਟੋਕੋਲ ਤੋੜ ਰਿਹਾ ਪਾਰਟੀ ਦਾ ਡਿਸਿਪਲਿਨ ਤੋੜ ਰਿਹਾ ਉਹਨਾਂ ਨੂੰ ਪਾਰਟੀ ਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਕੰਮ ਕਰਾਉਣ 'ਤੇ ਮੈਂ ਸਮਰੱਥਾ ਨਹੀਂ ਰੱਖਦਾ ਦੇਖੋ ਜੀ ਝੂਠ ਬੋਲਣ ਦਾ ਆਦੀ ਹੈ
ਤੇ ਉਹ ਸੰਬੰਧੀ ਨੋਲੇਜ ਤਾਂ ਨਹੀਂ, ਉਹ ਝੂਠ ਬੋਲਣ ਦਾ ਆਉਂਦੀ ਹੈ, ਝੂਠ ਬੋਲਣ ਦੀ ਫਿਦਰਤ ਆਉਂਦੀ, ਸ਼ੁਰੂ ਤੋਂ ਝੂਠ ਬੋਲਦਾ ਆ ਰਿਹਾ ਔਰ ਹੁਣ ਅੱਜ ਵੀ ਝੂਠ ਬੋਲ ਰਿਹਾ। ਲੇਕਿਨ ਲੈਟਰ ਦਿਖਾਇਆ ਜੀ, ਉਹਨਾਂ ਕਹਿੰਦੇ ਲੈਟਰ, ਦੇਖੋ ਜੀ ਸਾਡੇ ਕੋਈ ਨਾ ਫੋਨ ਆਇਆ ਨਾ ਹੀ ਲੈਟਰ ਆਇਆ, ਅਗਰ ਪਾਰਟੀ ਹਾਈ ਕਮਾਂਡ ਮੈਨੂੰ ਜੋ ਵੀ ਹੁਕਮ ਦੇਣਗੇ ਮੈਂ ਸਿਰ ਮੱਥੇ ਝੱਲੂੰਗਾ।